ਆਪਣਾ ਹੈਗਾ ਜੀ ਦੋ ਕਨਾਲ ਦਾ ਮਾਸ਼ਾਅੱਲਾ। ਅੱਛਾ ਜੀ। ਤੇ ਉਹ ਤੁਸੀਂ ਕਰਨਾ ਹੈ ਜੀ? ਅੱਛਾ ਜੀ। ਹਾਂਜੀ, ਤੁਹਾਨੂੰ ਯਾਦ ਨਹੀਂ ਆ ਰਿਹਾ, ਤੁਸੀਂ ਸਾਡੇ ਗੁਆਂਢ ਨਾਲ ਜੀ ਟੈਲਾਂ ਲਾਈਆਂ ਸੀ। ਕਿਹੜੀ ਜਗ੍ਹਾ ਤੇ ਜੀ? ਇੱਥੇ ਗੁਲਫਸ਼ਾਂ ਕਲੋਨੀ ਝੰਗ ਰੋਡ ਤੇ। ਉੱਥੇ ਹੀ ਤਾਂ ਹੁਣ ਲੱਗੇ ਹੋਏ ਆ। ਅੱਛਾ, ਹਾਲੇ ਵੀ ਉੱਥੇ ਹੀ ਲੱਗੇ ਹੋਏ? ਸਕੂਲ ਦੇ ਲੱਗ ਗਿਆ, ਕੋਠੀ ਉੱਥੇ ਲੱਗੇ। ਅੱਛਾ 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 ਅੱਛਾ, ਸਹੀ। ਤੇ ਤੁਸੀਂ ਸਵੇਰੇ ਆ ਜਾਓ ਮੇਰੇ ਕੋਲ। ਕਿੱਥੇ ਕਰਕੇ ਆਇਆ ਕੋਈ ਥੋੜਾ ਜਿਹਾ? ਜ਼ਿਲ੍ਹੇ ਝੰਗ ਰੋਡ ਤੋਂ ਆਪਾਂ ਗੁਲਫਸ਼ਾ ਕਲੋਨੀ ਨੂੰ ਮੁੜੇ ਆ ਨਾ ਜੀ। ਮੁੜ ਗਏ ਜੀ। ਤੇ ਅੱਗੇ ਤੁਸੀਂ ਆਉਣਾ ਤੇ ਅੱਗੇ ਹੈਗੀ ਕਰਿਆਨੇ ਵਾਲੀ ਦੁਕਾਨ। ਜਵੇਦ ਦੀ ਆ ਜੀ, ਭਾਈ ਜਵੇਦ ਜਿਹੜੇ ਆ ਭਾਰੇ ਜਿਹੜੇ। ਹਾਂਜੀ ਹਾਂਜੀ। ਉੱਥੇ ਆ ਕੇ ਤੁਸੀਂ ਮੈਨੂੰ ਫੋਨ ਕਰ ਲੈਣਾ ਜੀ। ਠੀਕ ਹੋ ਗਿਆ ਜੀ। ਠੀਕ ਹੈ ਨਾ ਜੀ? ਠੀਕ ਹੈ। ਤੇ ਉੱਥੋਂ ਤੁਹਾਨੂੰ ਮੈਂ ਲੈ ਜਾਊਂਗਾ ਜੀ। ਤੇ ਬਹਿ ਕੇ ਆਪਾਂ ਗੱਲ ਕਰੀਏ ਤੇ ਮਕਾਨ ਕਰੀਏ ਸ਼ੁਰੂ ਜੀ। ਅਸਲ ਚ ਮਕਾਨ ਪਹਿਲੇ ਵੀ ਸ਼ੁਰੂ ਹੀ ਸਮਝ ਲਓ। ਪਹਿਲੇ ਬਣ ਰਹੇ ਆ? ਨਹੀਂ, ਉਹ ਇਹ ਆ ਕੇ ਜੀ ਉਹ ਬੁਨਿਆਦਾਂ ਭਰੀਆਂ ਹੀ ਆ। ਅੱਛਾ ਜੀ। ਤੇ ਉਹ ਬਸ ਤੁਹਾਨੂੰ ਪਤਾ ਨਾ, ਘਰਾਂ ਚ ਮਸਲੇ ਤਾਂ ਹੁੰਦੇ ਆ ਨਾ ਫਿਰ ਜੀ। ਆ ਜੀ, ਸੋ ਗੱਲਬਾਤ ਹੋ ਜਾਂਦੇ। ਲੇਕਿਨ ਤੁਸੀਂ ਕੰਮ ਬਹੁਤ ਅੱਛਾ ਕਰਦੇ, ਮੈਂ ਤੁਹਾਡਾ ਹਿਸਾਬ ਲਾਇਆ ਜੀ। ਬਸ ਇਹ ਰੱਬ ਸੋਹਣੇ ਦੀ ਕਰਨ ਵਾਲੀ। ਸਵੇਰੇ ਆ ਕੇ ਤੁਸੀਂ ਕਰਨਾ ਜੀ ਮੇਰੇ ਨਾਲ ਠੇਕਾ। ਠੀਕ ਆ ਜੀ। ਤੇ ਮੈਂ ਜਾਣਾ ਦੁਬਈ। ਅੱਛਾ ਜੀ। 2 ਮਹੀਨਿਆਂ ਵਾਸਤੇ। ਠੀਕ ਆ ਜੀ। ਤੇ ਉਹ ਜਿਹੜਾ ਕੋਈ 20-25-30 ਲੱਖ ਰੁਪਇਆ ਤੁਸੀਂ ਲੈਣਾ ਹੋਊਗਾ ਨਾ ਜੀ, ਜੀ ਉਹ ਸਵੇਰੇ ਹੀ ਮੇਰੇ ਕੋਲ ਲੈ ਲਈਓ ਤੁਸੀਂ। ਭਾਜੀ ਪਹਿਲੇ ਜਗ੍ਹਾ ਤੇ ਦਿਖਾ ਦਿਓ। ਉਹ ਜਗ੍ਹਾ ਤੁਸੀਂ, ਤੁਹਾਡਾ ਰੋਜ਼ ਦਾ ਕੰਮ ਆ ਜੀ, ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਨਾ। ਮੇਰੇ ਕੋਲ ਤੁਸੀਂ 30 ਕੁ ਲੱਖ ਰੁਪਇਆ ਫੜ ਲਓ। ਠੀਕ ਆ ਜੀ। ਤੇ ਇਹ ਆ ਕਿ ਮੈਂ ਆਉਣਾ 15 ਕੁ ਦਿਨਾਂ ਨੂੰ। ਅੱਛਾ ਜੀ। ਤੇ ਉਹ ਆ ਕਿ ਕੋਈ ਤੁਹਾਡੇ ਕੋਲ 20-30 ਲੱਖ ਰੁਪਇਆ ਹੋਊਗਾ, ਤੁਹਾਨੂੰ ਕੋਈ ਲੇਬਰ ਲੂਬਰ ਦਾ ਮਸਲਾ ਤਾਂ ਨਾ ਬਣੂਗਾ ਜੀ? ਬਸ ਮੋਗੀ ਜੀ ਗੱਲ ਤੇ ਸਵੇਰੇ। ਲੇਕਿਨ ਆ ਕੇ ਤੁਸੀਂ ਨਾ ਮੇਰੇ ਕੋਲ ਪੈਸੇ ਫੜ ਲੋ ਜੀ ਆ ਗਿਆ ਜੀ। ਮੈਂ ਫਿਰ ਏਦਾਂ ਕਿ ਮੈਂ ਕੰਮ ਤੇ ਆਉਣਾ ਕੋਈ 8 ਕੁ ਵਜੇ ਨਾ। ਅੱਛਾ ਜੀ। ਮੈਂ ਕੋਈ 7:30 ਵਜੇ ਨਾ ਤੁਹਾਨੂੰ ਆ ਕੇ ਫੋਨ ਕਰ ਲਾਂਗਾ। ਤੇ ਬਸ ਠੀਕ ਹੈ, ਮੈਂ 5 ਵਜੇ ਜਾਗ ਜਾਂਦਾ ਉਹਨਾਂ ਜੀ। ਠੀਕ ਆ ਜੀ। ਤੇ ਐਵੇਂ ਮੇਰੇ ਕੋਲ ਪਏ ਆ ਪੈਸੇ ਤੇ, ਉਹ ਤੁਸੀਂ ਫੜ ਲਓ 30 ਲੱਖ ਰੁਪਇਆ। ਬਸ ਇਹ ਆ ਕਿ ਆਪਾਂ ਮਕਾਨ ਅਸਲ ਚ ਪਹਿਲੇ ਸ਼ੁਰੂ ਕਰਾਇਆ ਸੀਗਾ। ਸ਼ੁਰੂ ਮਿਸਤਰੀ ਕੋ ਕਰਾਇਆ? ਤੁਹਾਨੂੰ ਦੱਸਿਆ ਨਾ ਜੀ ਕਿ ਬੁਨਿਆਦਾਂ ਤੱਕ ਕੰਮ ਆਇਆ। ਬੁਨਿਆਦਾਂ ਤਾਂ ਦੱਸਿਆ ਤੁਸੀਂ, ਬਾਅਦ ਚ ਕਿਹਾ ਵੀ ਕੋਈ ਰੋਲਾ ਛੋਲਾ ਘਰ ਬਣ ਗਿਆ। ਉਹ ਇਹ ਆ ਜੀ ਕਿ ਆਪਣੇ ਨਾਲ ਹੈਗਾ ਚਾਚਿਆਂ ਦਾ ਘਰ। ਆਪਣੇ ਘਰ ਦੇ ਨਾਲ? ਹਾਂਜੀ। ਅੱਛਾ। ਤੇ ਉਹ ਵੱਡਿਆਂ ਨੇ, ਦਾਦੇ ਸਾਡੇ ਨੇ ਵੰਡਿਆ ਸੀਗਾ ਇਹ ਸਾਰਾ ਜਿਹੜਾ ਹਾਤਾ। ਅੱਛਾ। ਉਹਨਾਂ ਦਾ ਉਹਨਾਂ ਨੂੰ ਦੇਤਾ ਸੀ, ਸਾਡਾ ਸਾਨੂੰ ਦੇਤਾ ਸੀ, ਅਸੀਂ ਅੱਧਾ ਬਣਾਇਆ ਸੀ, ਹੁਣ ਅੱਧਾ ਲੱਗੇ ਬਣਾਉਣ। ਸਹੀ ਆ। ਅਸੀਂ ਬੁਨਿਆਦਾਂ ਕਢਾਈਆਂ ਜਨਾਬ। ਅੱਛਾ। ਤੇ ਮਿਸਤਰੀ ਲੱਗੇ ਤੁਹਾਡੇ ਵਰਗੇ ਸ਼ਰੀਫ ਆਦਮੀ ਵਿਚਾਰੇ। ਅੱਛਾ ਜੀ। ਉਹ ਲੱਗੇ ਕੰਮ ਤੇ। ਅੱਛਾ। ਬੁਨਿਆਦਾਂ ਕੋਈ 3-3 ਫੁੱਟ ਤਾਂ ਆਈਆਂ ਹੋਣੀਆਂ ਜ਼ਮੀਨ ਤੋਂ। ਅੱਛਾ। ਤੇ ਕੋਈ 15 ਮਿਸਤਰੀ ਸੀਗੇ। ਅੱਛਾ। ਕੋਈ 18-20 ਮਜ਼ਦੂਰ ਸੀਗੇ। ਇਧਰੋਂ ਇੱਕ ਜੱਥਾ ਚੜਿਆ ਚਾਚੇ ਦੇ ਮੁੰਡਿਆਂ ਦੇ ਯਾਰਾਂ ਦਾ। ਤੁਹਾਡੇ ਚਾਚੇ ਦੇ? ਮੇਰੇ ਚਾਚੇ ਦੇ ਮੁੰਡਿਆਂ ਦਾ। ਉਹ ਕਿਹੜੀ ਗੱਲ? ਬਸ ਕਹਿੰਦੇ ਜੀ ਇਹ ਪਲਾਟ ਸਾਡਾ ਹਿੱਸਾ ਬਣਦਾ ਜੀ ਇਹ ਚ। ਅੱਛਾ, ਰੌਲਾ ਪਾ ਲਿਆ। ਰੌਲਾ ਪਾ ਲਿਆ। ਦੱਸੋ ਚਾਚਾ ਬਿਸ਼ਾਰਾ, ਦਾਦਾ ਜੀ ਸਾਡਾ ਵੰਡ ਗਿਆ। ਹਾਂ ਬਿਲਕੁਲ ਬਿਲਕੁਲ। ਤੇ ਇਹ ਚ ਰੌਲਾ ਹੈ? ਇਹ ਤਾਂ ਕਾਨੂੰਨੀ ਤੌਰ ਤੇ ਤੁਹਾਡਾ ਹੱਕ ਆ ਪੁੱਤ। ਹਾਂ ਲਓ ਜੀ, ਇਧਰੋਂ ਜੱਥਾ ਚੜਿਆ ਕੋਈ 40-50 ਬੰਦਿਆਂ ਦਾ। ਮਿਸਤਰੀ ਆਪਣੇ ਧਿਆਨੇ ਮਸਾਲੇ ਬਣਨ ਡਏ ਨੇ। ਅੱਛਾ। ਸਾਲਾਂ ਬੱਜੀਆਂ ਹੀ ਆ, ਇੱਟਾਂ ਰੱਖਣ ਡਏ ਆ। ਅੱਛਾ। ਤੇ ਜਨਾਬ ਪਤਾ ਹੀ ਉਦੋਂ ਲੱਗਿਆ ਜਦੋਂ ਮਿਸਤਰੀਆਂ ਦੇ ਸਿਰ ਖੁੱਲਣੇ ਸ਼ੁਰੂ ਹੋ ਗਏ। ਬਸ ਕਹਿੰਦੇ ਅਸੀਂ ਨਹੀਂ ਕੰਮ ਕਰਨ ਦੇਣਾ। ਹੁਣ ਜਿਹੜਾ ਠੇਕੇਦਾਰ ਆ ਉਹ ਪਲਾਟ ਦੇ ਸਾਹਮਣੇ ਹੈਗੀ ਵੱਡੀ ਸਾਰੀ ਨਿੰਮ। ਅੱਛਾ। ਉਹ ਮੰਜਾ ਡਾ ਕੇ ਉੱਥੇ ਬੈਠਾ ਆਇਆ ਸੀ। ਅੱਛਾ। ਤਿੰਨਾਂ ਚੌ ਨੇ ਫੜਿਆ ਉਹਨੂੰ, ਠੇਕੇਦਾਰ ਨੂੰ। ਤੇ ਇਸ ਕਿਸਮ ਦਾ ਖੋਲਿਆ ਉਹਨੂੰ ਤੇ ਮਾਰ ਮਾਰ ਕੇ ਨਾ ਜੀ ਮਿਸਤਰੀਆਂ ਨੂੰ ਲੱਤਾਂ ਤੋੜਤੀਆਂ, ਬਾਹਾਂ ਲਾਤੀਆਂ ਤੇ ਬੁਰੇ ਹਾਲ ਤੇ ਬੌਂਕੇ ਦਿਹਾੜੇ। ਜਿਹੜਾ ਠੇਕੇਦਾਰ ਹੈ ਉਹ ਅੱਜ ਹੋ ਗਿਆ ਕੋਈ 1.5 ਮਹੀਨਾ ਹੋ ਗਿਆ। ਅੱਛਾ। ਹੋਸ਼ ਹੀ ਨੀ ਕਰਨ ਡਿਆ, ਇੰਨਾ ਕੁੱਟਿਆ, ਸਿਰ ਚ ਮਾਰੀਆਂ ਨਾ ਜੀ ਸਪਲਾ ਉਹਦੇ। ਬੇੜਾ ਤਰਜ ਆਇਆ ਉਹਨਾਂ ਦਾ, ਓਏ ਕਣਕ ਜਾਣ ਕਿਤੇ ਉਹ ਵਿਚਾਰੇ, ਉਹਦਾ ਵਿਚਾਰੇ ਦਾ ਗਰੀਬ ਦਾ ਕੀ। ਉੱਤੋਂ ਕਹਿਣ ਡਿਆ ਤੂੰ ਇਹ ਪਲਾਟ ਹੁਣ ਸ਼ੁਰੂ ਕਰਾ ਕੇ ਦਿਖਾ, ਅਸੀਂ ਦੇਖਾਂਗੇ ਕਿਹੜਾ ਠੇਕੇਦਾਰ ਹੁੰਦਾ।
मैं क्या हूं जरा भी आएगा ना वह कोई सह नहीं आएगा हूं सही नहीं बहुता वो बड़ा गल है पढ़िया तो बच गया बचा कदा जी ओ बेचारा ना जींद च ना मरिया च की होया होश नहीं कर देर हो गई डेढ़ महीना हो गया जी उर्जी था मैं भी हजार रुपया महीना भेजन दिया जी बेचारा काम कार तो गया काम कार तो अख ही नहीं खोलन दिया जी सिर च मजी सबल ओद चाचा बिशारत रोले नू छड्डो जी तुसी हफ्ते वाले दिन काम शुरू करो चाचा बिशारा ते देख ला जेड़ा तेरे वाल मूह करे ना तेरा काम है चाचा तू सबल एक रखनी कोल एक रखनी कई मैं तेनू कई तेज करके दे देनी फौजी बाज कर बेटा बच्चे सुते सारे बाहर तक तेरी बाज आई टेलीफोन तो चंगी क्यामत आलि गल करता पाया मेनु सिर्फ यह दस पुत्र है जानो मारना ते मैं चाचा बिशारत नू लाउणा उथे हुण जिले चाचा बिशारत ने उथे डा के मंजा पैणा ना वड्डा ते मैं देखूंगा केड़ा उधर नू मूंह करदा सान उतो छत्तां तो गोलियां मार दे दूजी गल कानूनी तरीके दे नाल कोई कागज बनाओ अगे रखो मैं नहीं ऐसा काम कुम करना यह कड़ी दस ओदा की हाल कीता बेचारे दा तू ना बंदे सारे तेरे काम ते लगे होन लेकिन तेरा ध्यान ना उन्होंने कोठे वाल होना चाहिए ए ना उतो लुक लुक के गोलियां मार दई जदों तेरू लगे ना उतो कोई नाली नूली बंदूक दी बाहर आई है तू रौली पा देनी है एडी दूरों लुट लैंदे आ यार ए कीड़ी गल आ नहीं नहीं गोलियां मार दे आ मेरी गल मेरा बोटा सुन मैं मेरी उम्र भी वैसे भी 60-70 साल लागे हो चली आ गल असि तो है अपनी रोजी रोटी कमाने वाले बंदे बस सानू तुहाडी लड़ाई वाला की लाना बस एडा इन्हें पता नहीं ए गिजया पिछले मिस्त्रियां दा असल च जेडे मेरे चाचे दे मुंडे आ ना ए जेडे बॉडी बिल्डर बने हुए आ जिम जांदे आ बंदूकां रखी आ सबलां कईआं ते छुरे वड्डे वड्डे तलवारां ते कल गली चो लंघन डे ते छुरे फड़े हुए सबला कसाई होंगे पुत कसाई जा नहीं जी असी राणे आ ते पता की कहंदे मेरे वालू मूह करके कहंदे राणा जाज मैं क्या हां बोल ओए कहंदे भी हुण मिस्त्री ला के बखा मिस्त्री पाड़ देंगे ओए या अल्लाह माफ कर ओ मेरी गल सुनो पुत्रा तू राती 9 बजे मैं सोन लगा तो तू एहो जिहा पुत मैं ना काम कदे कीता ना मैं करना हुण इहनां नूं लगेगा पता ए ओ बेचारा माड़ा सिगा जिहड़ा मार खा गया ओ पुत मैं ओहदे तों वी माड़ा मैं नहीं तेरा काम करना हैगा ए कड़ी गल है भई लै लद्दा सुतो गोलियां मारदे आ असीं हुण की हैलमेट पा के तेरा घर बनाउणा मैनूं दस बस तुसीं वेखो सही नालियां फड़ियां तलवारा लैके आ जांदे आ ए मैनूं इह सलाहत ही नहीं यूपी दे दौर च मैं कोई कोठी बनाउण लगा तलवारा लैके आ जांदे उथे कमाल होई आ यार कहता बिशारत भला समान की चाहिदा किथे प्लाट ते मैनूं समान पहले लिखा दे ना मैं कह दिया समान मैनूं की चाहिदा हां जी मैनूं पुत मैनूं पूरी आर्मी बुला दे तां मैं फेर खलो के काम कर सकदा मैनूं आर्मी चाहिदी आ टैंक चाहिदे आ मैनूं अपनी जान दी जमानत चाहिदी आ पुछना जी गल बुत तू उ भावे सीमेंट सटा भावे बजरिया सटा फिर अंज करी डाटा भी सटा ली उ 15-20 वजह जिन्ने मेरे ना मजदूर होने ना बेचारे ते पता नहीं किसी चार डाटा लगनिया कबर च किसी पांच लगनिया मैनू तो 3-4 ही लगनिया मैं तो वैसे माड़ पूजे है।
ਬਸ ਚਾਚਾ ਬਸ਼ਾਰਤ ਜਿਹੜਾ ਤੇਰੇ ਨਾਲ ਘੂਰੀ ਵੀ ਪਾਵੇ ਤੂੰ ਢਾ ਲੈਣਾ। ਮੈਂ ਵੈਸੇ ਬੇਟਾ ਮੈਂ ਘੂਰੀ ਮੇਰੇ ਨਾਲ ਮੈਂ ਇੱਕ ਅੱਖ ਤੋਂ ਤਾਂ ਮੈਨੂੰ ਵੈਸੇ ਦਿੰਦਾ ਘਾਟਾ ਘੂਰੀ ਪਾ ਕੇ ਅੱਖ ਤੋਂ ਕਾਣਾ ਮੇਰੇ ਕੋਲ ਘੂਰੀ ਪੈਂਦੀ ਨੀ ਮੈਨੂੰ ਤਾਂ ਮੇਰੀ ਸਾਰੀ ਜ਼ਿੰਦਗੀ ਮੇਰੀ ਜਨਾਨੀ ਨਾਲ ਲੜਾਈ ਰਹੀ ਵੀ ਤੂੰ ਆਪਣਾ 50 ਸਾਲ ਹੋ ਗਏ ਵਿਆਹ ਮੈਨੂੰ ਕਦੀ ਅੱਖ ਨੀ ਮਾਰੀ ਮੈਂ ਘੂਰੀ ਕਿੱਥੋਂ ਪਾਉਣੀ ਆ ਮੈਂ ਕਹੋ ਸੂਈ ਜੇ ਤੁਹਾਡਾ ਪਤਾ ਨੀ ਕਿਵੇਂ ਪੈਦਾ ਘੂਰੀ ਪਾਉਣੀ ਆ ਮੈਂ ਇਹ ਗਿੱਜੇ ਹੋਏ ਆ ਪਹਿਲੇ ਮਿਸਤਰੀ ਦੇ ਜਿਹੜਾ ਪਿਆ ਚੁੱਪ ਕਰਕੇ ਡਾਂਗਾ ਸਬਲਾ ਖਾ ਕੇ ਵਿਚਾਰੇ ਦੀ ਮਾੜੀ ਬਸ ਹੱਥ ਤੁਹਾਡੇ ਆ ਗਿਆ ਬਸ 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 ਇੱਥੇ ਗੱਲ ਕਰ ਖਤਮ ਕਰ ਬਸ ਦੇਖੀਓ ਬਣਦਾ ਕੀ ਹੈ ਬਣਦਾ ਅੱਛਾ ਜਾਂਦੇ ਹੀ ਨਾ ਚਾਚਾ ਬਸ਼ਾਰਤ ਜਿੱਦਣ ਹਫ਼ਤਿਆਂ ਦਾ ਕੰਮ ਸ਼ੁਰੂ ਹੋਣਾ ਹੈ ਗਲੀ ਚ ਖੜੇ ਹੋ ਕੇ ਕਹਿਣਾ ਬਸ਼ਾਰਤ ਆ ਗਿਆ ਕਿਹੜਾ ਉਹ ਮੇਰੀ ਗੱਲ ਸੁਣ ਲਾ ਭਾਈ ਬੇਟਾ ਪਿੱਟੇ ਮੂੰਹ ਤੂੰ ਮੇਰੀ ਤਾਂ ਗੱਲ ਹੀ ਨੀ ਸੁਣਦਾ ਭਾਈ ਮੈਂ ਮਾੜਾ ਬੰਦਾ ਤੂੰ ਪਹਿਲੇ ਜਾ ਕੇ ਉੱਥੇ ਐਲਾਨ ਕਰਦੇ ਵੀ ਆ ਰਿਹਾ ਬਸ਼ਾਰਤ ਮਿਸਤਰੀ ਤੁਹਾਡੇ ਕੋਲੋਂ ਕਤਲ ਹੋਣ ਇਹ ਸਵੇਰ ਤਾਂ ਇੱਕ ਵਾਰੀ ਚੱਲ ਲੈਣ ਦੇ ਮੈਂ ਵੀ ਸਵੇਰੇ ਉੱਥੇ ਖੜੇ ਹੋ ਕੇ ਬਾਜ਼ਾਰ ਚ ਕਹਿਣਾ ਔਰ ਕੱਢਾ ਹੋਇਆ ਆਪਣੀਆਂ ਸਪਲਾ ਹਫ਼ਤਿਆਂ ਦਿਨ ਬਸ਼ਾਰਤ ਮਿਸਤਰੀ ਆ ਰਿਹਾ ਹੈ ਉਹ ਮੇਰੇ ਨਾਲ ਆ ਕੇ ਲੜਾ ਦੇ ਯਾਰ ਉੱਥਾ ਲੈ ਜਦੋਂ ਫਟਾ ਤੂੰ ਹੋਵੇ ਤਵੇ ਤਰਾ ਮੈਂ ਜਾ ਕੇ ਦੋਸਤ ਮੈਂ ਵਹੀ ਨਾਲ ਲੜਾ ਯਾਰ ਮੈਂ ਪੂਰਾ ਐਡਰੈਸ ਦੱਸੂਗਾ ਕਿ ਜਿਹਦੇ ਚ ਕੋਈ ਹੈਗੀ ਨਾ ਅਗਰ ਕਣੀ ਭੋਰਾ ਫਲਾਨੀ ਜਗ੍ਹਾ ਰਹਿੰਦਾ ਬਸ਼ਾਰਤ ਮਿਸਤਰੀ ਹਫ਼ਤਿਆਂ ਦਿਨ ਉਹਨੇ ਆਉਣਾ ਇੱਥੇ ਕੰਮ ਕਰਨ ਜੇ ਕਿਸੇ ਦਿਲ ਕਰਦਾ ਨਾ ਪਹਿਲੇ ਜਾ ਕੇ ਨਿਬੜਨ ਨੂੰ ਤੇ ਨਿਬੜ ਸਕਦਾ ਉਹ ਭਾਈ ਮੇਰੀ ਗੱਲ ਸੁਣ ਲਾ ਮੇਰੇ ਲੱਗ ਗਈ ਆ ਸੁੱਚ ਬਿਜਲੀ ਦਾ ਮੈਂ ਹੁਣ ਉਂਗਲਾਂ ਦੇ ਕੇ ਮਰ ਜਾਣਾ ਵਿੱਚ ਮੈਂ ਤੈਨੂੰ ਦੱਸਾਂ ਦੋ ਫਿਰਦਾ ਮੋ ਭਾਈ ਮੈਂ ਅੱਜ ਤਾਂ ਬਰਾਬਰ ਲਿਖਣੇ ਕਹਿੰਦੇ ਆ ਰਿਹਾ ਤੇ ਤੂੰ ਉਹ ਤਾਂ ਆਪਣੇ ਸਾਰਿਆਂ ਨੂੰ ਮੇਰੇ ਨਾਲ ਘਲੀ ਜਾਂਦਾ ਦਬਾਅ ਹੋਣਾ ਮੈਨੂੰ ਕੋਈ ਪਾਈ ਜਾਂਦਾ ਸਬਲਾ ਮਾਰਨ ਵਾਲੇ ਏਡੇ ਰਹਿੰਦੇ ਨੇ ਸਬਲਾ ਦਿਖਾਵਾ ਤੁਹਾਡਾ ਰੌਲਾ ਤੁਸੀਂ ਤੇ ਬਣ ਜਾ ਕੇ ਮੈਂ ਮਿਸਤਰੀ ਆ ਹੁਣ ਪਤਾ ਲੱਗੇਗਾ ਹੁਣ ਇਹਨਾਂ ਨੇ ਆਉਣਾ ਬਸ਼ਾਰਤ ਦੇ ਹੱਥ ਕਹਿੰਦਾ ਬਜਾਓ ਮੇਰੇ ਹੱਥ ਮੇਰੇ ਹੱਥ ਮੈਂ ਮੇਰੇ ਹੱਥ ਅੱਜ ਤੱਕ ਜਾਂ ਕੋਈ ਕਾਂਡੀ ਆਈ ਆ ਜਾਂ ਕੋਈ ਤੇਸੀ ਆਈ ਆ ਰੱਬ ਦੀ ਕਸਮ ਹੈ ਤਾਂ ਗਾਂਹ ਮੇਰੇ ਹੱਥ ਦੇ ਮੈਂ ਕਦੇ ਕੋਈ ਕਿਸੇ ਨਾਲ ਨਜਾਇਜ਼ ਪਾਇਆ ਨਹੀਂ ਆਇਆ ਮੈਨੂੰ ਪਤਾ ਚਾਚਾ ਬਸ਼ਾਰਤ ਕਿੰਨੇ 6 ਮੁੰਡੇ ਆ ਨਾ ਤੇਰੇ ਅਲਹਮਦੁਲਿਲਾ ਤੇ ਦੇਖੀ ਉਹਨਾਂ ਨੇ ਢਾਲਣਾ ਕਮਾਲ ਹੋ ਗਈ ਹੈ ਯਾਰ ਚਾਚਾ ਬਸ਼ਾਰਤ ਹੁਣ ਇਹਨਾਂ ਦੀ ਬਦਮਾਸ਼ੀ ਕੱਢੇਗਾ ਚਬਲਾ ਮੁੜ ਜਾ ਚਾਚਾ ਬਸ਼ਾਰਤ ਨੇ ਘੱਟਾ ਬਦਮਾਸ਼ੀ ਕੱਢਣੀ ਉਹਦੇ ਕੋਲ ਸਵੇਰੇ ਸਾਈਕਲ ਡੇਢ ਚੋ ਖੜੇ ਕਿੱਦਾਂ ਨਿਕਲਦਾ ਏਡੇ ਤੁਸੀਂ ਰਹਿੰਦੇ ਨੀ ਨਵੀਆਂ ਪਿਸਤੌਲਾਂ ਲੈ ਕੇ ਆਏ ਹੈ ਕਹਿੰਦੇ ਅਸੀਂ ਤੁਹਾਡੇ ਜਿਹੜੇ ਨਵੇਂ ਮਿਸਤਰੀ ਆਉਣੇ ਆ ਇਹ ਪਿਸਤੌਲਾਂ ਉਹਨਾਂ ਤੇ ਰਵਾਂ ਕਰਨੀਆਂ ਚੈੱਕ ਕਰਨੀਆਂ ਅਸੀਂ ਪਿਸਤੌਲਾਂ ਵੀ ਬੇਟਾ ਨਵੀਆਂ ਹਾਂਜੀ ਤੇਰੇ ਤੈਨੂੰ ਮਾਲਕ ਹਦਾਇਤ ਦੇਵੇ ਬਸ਼ਾਰਤ ਨੂੰ ਗੋਲੀ ਵੀ ਨਵੀਂ ਪਿਸਤੌਲ ਨਾਲ ਮਰਿਆ ਮਰਵਾ ਤਾਂ ਕਿਵੇਂ ਸੀ ਨਾ ਹੋਵੇ ਗੋਲੀ ਕਿਤੇ ਪੁਰਾਣੀ ਜੰਗਾ ਲੜੀ ਦਾ ਕਿਤੇ ਬਸ਼ਾਰਤ ਬਾਚੀ ਨਾ ਜਾਵੇ ਤੈਨੂੰ ਕਿਤੇ ਚਾਚਾ ਬਸ਼ਾਰਤ ਜਿਲੇ ਚਾਚੇ ਬਸ਼ਾਰਤ ਨੇ ਗੱਜਣਾ ਹੈ ਨਾ ਮੁੜ ਜਾ ਮੈਂ ਕਹਿੰਦਾ ਕਹਿੰਦਾ ਜਿਲੇ ਬਾਜ਼ਾਰ ਚ ਉਹ ਚਾਚਾ ਬਸ਼ਾਰਤ ਨੇ ਕੀ ਕਿਉਂ ਗੱਜਣਾ ਚਾਚਾ ਬਸ਼ਾਰਤ ਬੱਦਲ ਆ ਗੱਜਣਾ ਐਡਾ ਤੂੰ ਚਾਚਾ ਬਸ਼ਾਰਤ ਨੇ ਲੱਗਦਾ ਪਤਾ ਇਹਨਾਂ ਨੂੰ ਚਾਚਾ ਬਸ਼ਾਰਤ ਹੈਲੋ ਪੁੱਤ ਮੇਰੇ ਕੋਲ ਮੇਰੀ ਗੱਲ ਸੁਣ ਲਾ ਮੈਂ ਬੁੱਢਾ ਬੰਦਾ ਨਾ ਮੈਂ ਸਾਰੀ ਜ਼ਿੰਦਗੀ ਸ਼ਰਾਫਤ ਕਮਾਈ ਆ ਇਹ ਰੋਲੇ ਤੁਹਾਡੀ ਜਗ੍ਹਾ ਤੇ ਆ ਪਹਿਲੇ ਮਕਾ ਲਓ ਤਾਂ ਫਿਰ ਮੈਂ ਤੁਹਾਡਾ ਘਰ ਬਣਾ ਦਾਂਗਾ ਚਾਚਾ ਬਸ਼ਾਰਤ ਤੂੰ ਸਵੇਰੇ ਜੇ ਲਿਆਉਣਾ ਨਾ ਨਾ ਬੇਟਾ ਮੈਂ ਸਵੇਰੇ ਕੀ ਤੂੰ ਬੁੱਢਾ ਹੋ ਜਾਏਗਾ ਮੈਂ ਸ਼ਾਮ ਨੂੰ ਨਹੀਂ ਆਉਣਾ ਸਵੇਰੇ ਆਉਣਾ ਤੂੰ 3 ਲੱਖ ਰੁਪਏ ਫੜਨਾ ਨਾ ਨਾਲ ਹੀ ਉਹਨਾਂ ਦਾ ਬੂਹਾ ਖੜਕਾ ਕੇ ਕਹਿਣਾ ਉਹ ਨਿਕਲੋ ਬਾਹਰ ਚਾਚਾ ਬਸ਼ਾਰਤ ਆ ਗਿਆ ਬਸ ਦੱਸ ਬੂਹਾ ਖੜਕਾ ਕੇ ਲਲ ਕਰਕੇ ਕਹਿ ਦੇ ਇੱਕ ਵਾਰੀ ਕਹਿੰਦਾ ਮੈਂ ਉਹ ਮਿਸਤਰੀ ਨੀ ਹੈਗਾ ਜਿਹੜਾ ਡਾਂਗਾ ਖਾ ਕੇ ਸਬਲਾ ਖਾ ਕੇ ਘਰ ਪੈ ਗਿਆ ਜਾ ਕੇ ਮੈਂ ਤੁਹਾਨੂੰ ਪੈਣ ਆਇਆ ਉਹ ਨਿਕਲੋ ਬਾਹਰ ਪੁੱਤ ਇਹ ਦਿਲ ਕਰਦਾ ਵੀ ਉਹਨਾਂ ਦਾ ਪ੍ਰੋਗਰਾਮ ਭਾਵਾਂ ਪਹਿਲੇ ਮੇਰਾ ਕੋਈ ਮਜ਼ਦੂਰ ਮਾਰਨ ਦਾ ਹੋਵੇ ਤੇ ਉਹਨਾਂ ਤੋਂ ਇਰਾਦਾ ਕੈਂਸਲ ਕਰਕੇ ਪਹਿਲੇ ਮੈਨੂੰ ਗੋਲੀ ਮਾਰ ਦੇਣ ਗੋਲੀ ਬਚਣੇ ਹਾਂ ਆ ਬਸ ਚਾਚਾ ਬਸ਼ਾਰਤ ਤੈਨੂੰ ਆਪਾਂ ਉੱਥੇ ਮੰਜੀ ਨਿੰਮ ਥੱਲੇ ਡਾ ਦੇਣੀ ਹੈ ਅੱਛਾ ਏਸੀ ਉੱਥੇ ਲਾ ਦੇਣੀ ਹੈ ਐਲਸੀਡੀ ਅੱਛਾ ਐਲਸੀਡੀ ਲਾ ਦੋ ਤੇ ਚੁੱਪ ਕਰਕੇ ਸਾਰੀ ਦਿਹਾੜੀ ਖਬਰਾਂ ਦੇਖੀਓ ਮੈਨੂੰ ਇਹ ਵੀ ਦੱਸ ਦੇ ਬੇਟਾ ਵੀ ਮੇਰੇ ਕਤਲ ਦੀ ਖਬਰ ਕਿੰਨੇ ਵਜੇ ਚੱਲਣੀ ਆ ਉੱਥੇ ਤੇਰੀ ਐਲਸੀਡੀ ਦੇ ਉੱਤੇ ਅੱਗ ਲੱਗਿਆ ਤੇਰੇ ਮਕਾਨ ਨੂੰ ਸਤਾ ਨਾ ਬਣੋ ਬਸ
ਬਸ ਕੰਮ ਤੂੰ ਹੀ ਕਰਨਾ ਭਾਵੇਂ ਦਿਨੇ ਕਰ ਭਾਵੇਂ ਰਾਤੀ ਕਰ। ਰਾਤ ਨੂੰ ਕਰ ਲੋ ਉਸ ਟਾਈਮ ਨੀ ਹੁੰਦਾ ਨਹੀਂ ਹਾਂ ਇਹਦਾ ਗੱਲ ਇਹੋ ਜਿਹੀ ਪਹਿਲੇ ਕਰਦਾ ਨਾ ਆਪਾਂ ਝਗੜਦਾ ਹੀ ਨਾ ਬਸ ਰਾਤ ਨੂੰ ਕਿੰਨੇ ਕੁ ਵਜੇ ਮੈਂ ਦੱਸ ਮਤਲਬ ਤੂੰ ਰਾਤ ਨੂੰ ਤੁਸੀਂ 9 ਵਜੇ ਆ ਜਾਣਾ ਅੱਛਾ ਸਾਰੀ ਲੇਬਰ ਨੇ ਕੰਮ ਤੇ ਉਸ ਟਾਈਮ ਨਹੀਂ ਉਸ ਟਾਈਮ ਅੰਦਰਾਂ ਚ ਬੜੇ ਹੁੰਦੇ ਆ ਅੱਛਾ ਤੇ ਇੱਕ ਗੱਲ ਦਾ ਮੈਨੂੰ ਖਤਰਾ ਹੈ ਉਹ ਕਿਹੜੀ ਇਹਨਾਂ ਨੇ ਲਿਆਂਦੇ ਬਗਿਆੜ ਨਵੇਂ ਅੱਛਾ ਤੇ ਉਹ ਨਾ ਹੋਵੇ ਕਿਤੇ ਪਲਾਟ ਵੱਲ ਨੂੰ ਛੱਡ ਦੇਣ ਬਹੁਤ ਕਿੰਨੇ ਬਗਿਆੜ ਆ ਉਹਨਾਂ ਕੋਲ ਹੁਣ ਇਹ 15-20 ਕਾਰੋਬਾਰ ਆ ਉਹਨਾਂ ਦਾ ਬਗਿਆੜਾਂ ਦਾ ਤੇ ਤੈਨੂੰ ਸ਼ਰਮ ਨੀ ਆਉਂਦੀ ਹੈ 15-20 ਬਗਿਆੜ ਤੇ ਚਾਚੇ ਪਛਾਰੇ ਚ ਟੋਟਲ 3 ਪਾ ਗੋਸ਼ਤ ਨੀ ਹੈਗਾ ਮਰ ਰਿਹਾ ਕਿਉਂ ਮੇਰੀਆਂ ਪੋਟੀਆਂ ਇਸ ਉਮਰ ਤੂੰ ਬਗਿਆੜਾਂ ਨੂੰ ਖਵਾਉਣਾ ਚਾਚਾ ਬਿਸ਼ਾਰਾ ਤੈਨੂੰ ਸਵੇਰੇ ਨਾ ਕਿਹੜੀ ਸਵੇਰੇ ਆ 7 ਵਜੇ ਆ ਜਾ 30 ਲੱਖ ਰੁਪਏ ਲੈ ਜਾ ਅੱਛਾ ਮਾਲਕਾ 7 ਵਜੇ ਜਾਂ ਤੇ ਫਿਰ ਘਰ ਕਿਤੇ ਬੰਬ ਇੱਥੇ ਡਿੱਗ ਪਵੇ ਤੇ ਜਾਂ ਬਿਸ਼ਾਰਾ ਤਾਂ ਆਪਣੀ ਯਾਦਾਸ਼ਤ ਗਵਾ ਲਵੇ ਉਹਨੂੰ ਪਤਾ ਨਾ ਹੋਵੇ ਮੈਂ ਮਿਸਤਰੀ ਹਾਂ ਨਾ ਪੁੱਤ ਮੈਂ ਇਹੋ ਜਿਹਾ ਕੰਮ ਕੋਈ ਨੀ ਕਰਨਾ ਚਾਚਾ ਬਿਸ਼ਾਰਾ ਤੂੰ ਮੈਂ 7 ਵਜੇ ਤੈਨੂੰ ਉਡੀਕਣਾ ਹੈ ਨਾਸ਼ਤਾ ਮੇਰੇ ਕੋਲ ਕਰਨਾ ਮੈਨੂੰ ਉਡੀਕਣਾ ਮੈਂ ਟ੍ਰੇਨ ਆ ਮੈਨੂੰ ਡੀਕਣਾ ਤੂੰ 7 ਵਜੇ ਹੈ ਕਿਹੜੇ 7 ਵਜੇ ਬੰਦ ਕਰ ਫੋਨ ਮੈਂ ਤੈਨੂੰ ਦੱਸਾਂ ਮੈਂ ਪੈਸੇ ਗਿਣ ਕੇ ਲਿਫਾਫੇ ਚ ਪਾ ਕੇ ਰੱਖਦਾ ਪੈਸੇ ਵੀ ਪੁੱਤ ਗਿਣਾ ਤੇ ਇਹ ਮਸਾਲੇ ਵੀ ਪੂਰੇ ਕਰ ਲਾ ਮੁਸ਼ਕਬੂਰ ਦੀਆਂ ਬੋਤਲਾਂ ਵੀ ਰੱਖ ਲਾ ਤੇ 5-7 ਕਾਰਟਨ ਦੇ ਰੂਲ ਵੀ ਰੱਖ ਲਾ ਕੱਠੀਆਂ 15-20 ਲਾਸ਼ਾਂ ਤੇ ਫੜਾਉਣੀਆਂ ਤੂੰ ਮਰ ਰਿਹਾ ਬਸ ਆ ਜਾਓ ਸਵੇਰੇ ਤੁਸੀਂ ਆ ਜੀ ਮੈਂ ਉਹਨਾਂ ਨੂੰ ਦੱਸਣ ਲੱਗਾ ਕਿ ਸਵੇਰੇ ਤਾਂ ਬਿਸ਼ਾਰਾ 7 ਵਜੇ ਆ ਰਿਹਾ ਮੈਂ ਬੇਟਾ ਹੁਣ ਤਿਆਰ ਰਹੀਓ ਉਹ ਮੈਂ ਹੁਣ ਸੋਚ ਜੋ ਉਂਗਲਾ ਦੇਣ ਲੱਗਾ ਮੇਰੇ ਤਾਂ ਕਹਿੰਦੇ ਲਾਸ਼ ਲੱਭਣੀ ਉਹਨਾਂ ਨੂੰ ਮੇਰੀ ਮੈਂ ਉਹ ਜਾਨਾ ਫੋਨ ਬੰਦ ਹੁੰਦੇ ਆ ਜੀ 7 ਵਜੇ ਮੈਂ ਕਹਿੰਦਾ ਤੁਸੀਂ ਕਈਆਂ ਲੈ ਕੇ ਖੜੇ ਹੋਈਓ ਇਧਰਲੇ ਪਾਸੇ ਜਾਮੇ ਤੇ